ਸੋ ਗਾਇਜ਼ ਏਅਰਪੋਰਟ ਪਹੁੰਚ ਚੁੱਕੇ ਹਾਂ ਹੁਣ, ਇਸ ਤੋਂ ਬਾਅਦ ਆਪਣੀ ਫਲਾਈਟ ਹੈ 4 ਵਜੇ ਆਰਿਸ਼ ਸ਼ਨੂਰ। ਸ਼ਨੂਰ ਦੇ ਮੂੰਹ 'ਤੇ ਉਦਾਸੀ ਦੇਖੀ ਜਾ ਸਕਦੀ ਹੈ ਕਿੰਨੀ ਹੈ। ਸਾਡੀ 4 ਵਜੇ ਫਲਾਈਟ ਹੈ, ਇੱਥੋਂ ਅੱਧਾ ਬਲੌਗ ਸ਼ੂਟ ਕਰੂੰਗੀ ਸ਼ਨੂਰ ਵਾਪਸ ਜਾਂਦੇ ਹੋਏ, ਦਾ ਅੱਧਾ ਕਰੂੰਗਾ ਮੈਂ, ਪਤਾ ਨਹੀਂ ਮੈਂ ਕਰੂੰਗੀ ਕਿ ਨਹੀਂ ਕਰੂੰਗੀ। ਮੈਨੂੰ ਨਹੀਂ ਲੱਗਦਾ ਮੈਂ ਲੱਗਦਾ ਰੋਂਦੇ ਹੋਏ ਰੱਖ ਰਹੀ ਰਾਈਟ ਸ਼ਨੂਰ। ਤੁਸੀਂ ਨਾਲ ਕਿਵੇਂ ਚਲੇ ਆਓਗੇ? ਸੋ ਗਾਇਜ਼ ਬਹੁਤ ਜ਼ਿਆਦਾ ਮਿਸਡਪ ਹੋਇਆ ਹੋਇਆ ਸੀ ਜਦੋਂ ਆਪਾਂ ਦਿੱਲੀ ਏਅਰਪੋਰਟ ਤੋਂ ਉਤਰੇ ਸੀ। ਸੋ ਸ਼ਨੂਰ ਦਾ ਬਹੁਤ ਜ਼ਿਆਦਾ ਮੂਡ ਆਫ ਸੀ, ਸੋ ਦੈਟਸ ਵਾਈ ਦਿੱਲੀ ਦੀ ਕਾਫੀ ਵੀਡੀਓ ਰਹਿ ਗਈ ਆਪਣੀ। ਸੋ ਇਸ ਟਾਈਮ ਆਪਾਂ ਹੈਗੇ ਹਾਂ ਦੋਹਾ, ਸੋ ਤੁਸੀਂ ਦੇਖ ਹੀ ਸਕਦੇ ਹੋ, ਮਤਲਬ ਉਹ ਵਰਲਡ ਦੇ ਬੈਸਟ ਏਅਰਪੋਰਟਸ 'ਚੋਂ ਆਉਂਦਾ ਹੈ। ਜਸ ਟੇਕ ਅ ਲੁੱਕ, ਇੱਧਰ ਗੋਲਡ ਦੀਆਂ ਸ਼ੋਪਸ ਨੇ, ਮੇਰੀ ਇੱਥੇ ਸਟੇਅ ਹੈ 2 ਘੰਟੇ ਦੀ, ਆਕਾਰ ਵੀ ਤੁਸੀਂ ਦੇਖ ਹੀ ਚੁੱਕੇ ਹੋ। ਸੋ ਆਪਾਂ ਪਹਿਲਾਂ ਆਪਾਂ ਗੇਟ ਲੱਭੀਏ ਫਿਰ ਆਪਾਂ ਜਾਵਾਂਗੇ। ਸੋ ਤੁਸੀਂ ਦੇਖ ਹੀ ਸਕਦੇ ਹੋ ਟਰੰਪ ਬਾਈਕ ਖੜ੍ਹਿਆ, ਉੱਧਰ BMW ਖੜ੍ਹੀ ਹੈ, ਮਕਲੈਰਨ, ਇਹ ਡਿਊਟੀ ਫਰੀ ਕਾਰ ਐਕਚੁਅਲੀ 720S ਕੂਪ। ਚਲੋ ਆਪਾਂ ਅੱਗੇ ਚੱਲਦੇ ਹਾਂ, ਆਪਣਾ ਗੇਟ ਲੱਭਦੇ ਹਾਂ। ਸੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਟਿਮੋਨਿਸ ਪਹੁੰਚ ਚੁੱਕੇ ਆਪਾਂ। ਆਇਓਵਾ 'ਚ ਪੈਂਦਾ ਇਹ, ਪਹਿਲਾਂ ਜਾਣਾ ਸੀ ਨਿਊਯਾਰਕ, ਨਿਊਯਾਰਕ ਦਾ ਕੈਂਸਲ ਹੋ ਗਿਆ, ਸ਼ਿਕਾਗੋ ਉਤਰਿਆ ਸੀ, ਸ਼ਿਕਾਗੋ ਦੀ ਇਮੀਗ੍ਰੇਸ਼ਨ ਨੇ ਇੰਨਾ ਖੱਜਲ ਕਰਿਆ, ਲਿਟਰਲੀ 2 ਘੰਟੇ ਬਿਠਾ ਕੇ ਰੱਖਿਆ, ਮਤਲਬ ਦਿਸ ਇਜ਼ ਫਸਟ ਟਾਈਮ, ਤੀਜੀ ਵਾਰ ਆ ਰਿਹਾ ਅਮੈਰੀਕਾ, ਇੰਨਾ ਕੁ ਖੱਜਲ ਕਰਿਆ, ਫੋਨ ਵੀ ਰੱਖ ਲਿਆ, ਸਾਰਾ ਕੁਛ ਰੱਖ ਲਿਆ, ਮਤਲਬ ਕਾਂਡ ਈਵਨ ਟੈਲੀ ਉਹ, ਮਤਲਬ ਕਿੰਨਾ ਖੱਜਲ ਹੋਇਆ, ਮਤਲਬ ਸਾਰਾ ਵਲੌਗ ਮਿਸ ਹੋ ਗਿਆ, ਮਤਲਬ ਦੱਸ ਨਹੀਂ ਸਕਦਾ। ਸੋ ਹੁਣ ਥੋੜ੍ਹਾ ਜਿਹਾ ਫਰੈਸ਼ ਅਪ ਜਿਹਾ ਹੋਇਆ ਸੀ, ਸੋ ਸੋਚਿਆ ਥੋੜ੍ਹਾ ਜਿਹਾ ਵਲੌਗ ਬਣਾ ਲਈਏ। ਸੋ ਇਸ ਟਾਈਮ ਮੈਂ ਹੈਗਾ ਡਿਮੋਨਿਸ 'ਚ, ਡੇਜ਼ ਇਨ ਹੋਟਲ 'ਚ, ਸਾਹਮਣੇ ਤੁਹਾਨੂੰ ਥੋੜ੍ਹਾ ਜਿਹਾ ਨਜ਼ਾਰਾ ਦਿਖਾਉਂਦੇ ਹਾਂ। ਸੋ ਸਾਹਮਣੇ ਏਅਰਪੋਰਟ ਹੈ, ਸੋ ਜਿੱਥੇ ਮੈਂ ਰੁਕਿਆ ਸੀ ਰਾਤ, ਇਹ ਹੋਟਲ ਹੈ ਇਹ, ਬਸ ਥੋੜ੍ਹੀ ਦੇਰ 'ਚ ਜਾਵਾਂਗੇ ਆਪਾਂ ਆਪਣੇ ਅਪਾਰਟਮੈਂਟ 'ਚ, ਅਤੇ ਉਦੋਂ ਬਾਅਦ ਤੁਹਾਨੂੰ ਫਿਰ ਅੱਗੇ ਕੰਟੀਨਿਊ ਕਰਦੇ ਹਾਂ। ਮੌਸਮ ਬਹੁਤ ਜ਼ਿਆਦਾ ਸੋਹਣਾ, ਨਿੱਕਰ ਅਤੇ ਟੀ ਸ਼ਰਟ ਪਾ ਕੇ ਤੁਰਪੇ ਘਰੋਂ ਆਪਾਂ, ਅਤੇ ਜਿਹੜੀ ਰਾਤ ਠੰਡ ਲੱਗੀ ਪੁੱਛੋ ਨਾ, ਫਿਰ ਚੇਂਜ ਕਰਿਆ, ਮਤਲਬ ਆਹ ਜੋ ਇਸ ਟਾਈਮ ਸਾਹ ਲੈ ਰਿਹਾ ਨਾ, ਆਹ ਮਿਸ ਕਰਦਾ ਸੀ ਮੈਂ, ਹੋਰ ਕੁਛ ਨਹੀਂ। ਸਾਹਮਣੇ ਹੁਣ ਬਰਗਰ ਦਿਖ ਰਿਹਾ, ਹੁਣ ਐਵੇਂ ਹੋ ਰਿਹਾ ਵੀ ਕਦੋਂ ਜਾਵਾਂ ਅਤੇ ਕਦੋਂ ਮਤਲਬ ਉਹ ਕਰਾਂ। ਸੋ ਐਨੀਵੇਜ਼, ਮਤਲਬ ਯਾਰ ਵਲੌਗ ਬਣਾਉਣ ਦਾ ਮੂਡ ਨਹੀਂ ਸੀ ਬਿਲਕੁਲ ਪਹਿਲਾਂ, ਜਿੰਨਾ ਰਾਤ 'ਚ ਮਿਸ ਕਰਿਆ, ਦੋਹਾ ਮਿਸ ਕਰਿਆ, ਦੋਹਾ ਬਣਾਇਆ ਥੋੜ੍ਹਾ ਜਿਹਾ ਆਪਾਂ, ਉਹ ਵੀ ਵਿੱਚ ਆਊਗਾ, ਅਤੇ ਬਟ ਪਿੱਛੇ ਘਰਦਿਆਂ ਨੂੰ ਲੈ ਕੇ
ਮੰਮਾ ਪਾਪਾ ਜੇਡਨ ਸ਼ਨੂਰ ਸਾਰਿਆਂ ਨੇ ਮਤਲਬ ਇਹਨਾਂ ਹੀ ਸ਼ਕਲਾਂ ਦੇਖ ਕੇ ਰੋਣਾ ਆ ਜਾਂਦਾ ਸੀ, ਮਤਲਬ ਇਹਨਾਂ ਨਾਮ ਵੀ ਲੈਂਦਾ ਨਾ ਹੁਣ ਸਮ ਟਾਈਮ ਤਾਂ ਵੀ ਰੋਣਾ ਆ ਜਾਂਦਾ। ਐਨੀਵੇਜ਼ ਚਲੋ ਕੋਈ ਗੱਲ ਨਹੀਂ, ਆਪਾਂ ਤੁਹਾਨੂੰ ਥੋੜ੍ਹੀ ਦੇਰ 'ਚ ਹੋਰ ਅੱਗੇ ਕੰਟੀਨਿਊ ਕਰਾਂਗੇ ਵਲੌਗ, ਤੁਹਾਨੂੰ ਦਿਖਾਵਾਂਗੇ ਸਾਰਾ ਕੁਛ। ਸੋ ਵੈਲਕਮ ਬੈਕ ਗਾਇਜ਼, ਆਪਾਂ ਆ ਚੁੱਕੇ ਹਾਂ ਹੁਣ ਖਾਣ ਪੀਣ, ਆਪਾਂ ਆਏ ਹਾਂ ਬਫੇ ਵਾਲੀ ਕੋਈ ਜਗ੍ਹਾ 'ਤੇ। ਸੋ ਜਸਟ ਟੇਕ ਅ ਲੁੱਕ, ਥੋੜ੍ਹੀ ਥੋੜ੍ਹੀ ਆਪਾਂ ਵੀ ਬਾਹਰਲਾ ਫੂਡ ਟਰਾਈ ਕਰ ਲਈਏ, ਬਹੁਤ ਟਾਈਮ ਬਾਅਦ ਬਾਹਰ ਆਏ ਹਾਂ। ਪਹਿਲਾਂ ਮੇਰਾ ਮੂਡ 'ਚ ਵੀ ਸਵੇਰੇ ਬ੍ਰੇਕਫਾਸਟ ਆਈ ਹੋਪ 'ਤੇ ਕਰਾਂਗੇ, ਬਟ ਨਹੀਂ ਸਵੇਰੇ ਜੀ ਸੀ ਹੈ ਨਾ, ਅਤੇ ਕਾਫੀ ਕੁਛ ਹੈ ਸ਼ਨੂਰ ਅਤੇ ਜੇਡਨ ਦੇ ਕੰਮ ਦੀਆਂ ਚੀਜ਼ਾਂ ਬਹੁਤ ਨੇ ਇੱਥੇ। ਸੋ ਇੱਧਰ ਹੈਗਾ ਸੀ ਫੂਡ ਸਾਰਾ, ਸ਼ੂਸ਼ੀ ਸ਼ਾਸ਼ੀ, ਅਤੇ ਆਈ ਥਿੰਕ ਸੋ ਮੇਰਾ ਇੱਥੇ ਸ਼ਨੂਰ ਹੋਣਾ ਚਾਹੀਦਾ ਸੀ, ਉਹ ਜ਼ਿਆਦਾ ਇੰਜੋਏ ਕਰਦੀ। ਸੋ ਇੱਧਰ ਆ ਗਈਆਂ ਸਵੀਟ ਡਿਸ਼ਿਜ਼, ਇੱਧਰ ਆ ਗਿਆ ਫਰਾਈਡ ਚਿਕਨ, ਅਨੀਅਨ ਰਿੰਗਸ, ਬਲਾ ਬਲਾ ਬਲਾ, ਸੋ ਮੈਨੀ ਥਿੰਗਸ, ਗਾਰਲਿਕ ਬ੍ਰੈਡ। ਸੋ ਮਤਲਬ ਕਾਫੀ ਕੁਛ ਹੈ ਇੱਥੇ ਟਰਾਈ ਕਰਨ ਨੂੰ, ਆਈ ਡੋਂਟ ਨੋ ਹੁਣ ਮੈਂ ਤੁਹਾਨੂੰ ਕਿਵੇਂ ਐਕਸਪਲੇਨ ਕਰਾਂ, ਮਤਲਬ ਕਾਫੀ ਕੁਛ ਹੈ। ਅਤੇ ਜੋ ਆ ਕੇ ਜਿਹਨੇ ਭਾਂਡਾ ਸੁੱਟਤਾ ਸੀ, ਸੋ ਮੈਨੂੰ ਅੱਜ ਅਲੀ ਬਹੁਤ ਟੇਸਟੀ ਲੱਗਿਆ। ਸੋ ਮੈਂ ਇੱਕ ਨਵੀਂ ਚੀਜ਼ ਟਰਾਈ ਕਰਨ ਲੱਗਿਆ, ਸੋ ਤੁਹਾਨੂੰ ਦਿਖਾਉਣੇ ਵਾਲੀ ਕੀ ਹੈ ਉੱਥੇ। ਸੋ ਦੋਸਤੋ ਤੁਹਾਨੂੰ ਲੈ ਕੇ ਆਇਆ ਅੱਜ ਰੇਸ ਟਰੈਕ 'ਤੇ, ਘੋੜਿਆਂ ਦੀ ਟਰੈਕ 'ਤੇ, ਸੋ ਤੁਹਾਨੂੰ ਦਿਖਾਵਾਂਗੇ ਘੋੜਿਆਂ ਦੀ ਰੇਸ ਹੁੰਦੀ। ਸੋ ਆਪਣੇ ਜੌਨ ਡੀਅਰ ਟਰੈਕਟਰ, ਆਪਣੇ ਇੰਡੀਆ ਦਾ ਛੋਟੇ ਹੁੰਦੇ ਨੇ, ਇੱਥੇ ਥੋੜ੍ਹੇ ਜਿਹੇ ਵੱਡੇ ਨੇ, ਥੋੜ੍ਹੇ ਜਿਹੇ ਵੱਡੇ ਨੇ ਬਸ। ਰੇਸ ਸਟਾਰਟ ਹੋ ਗਈ ਹੈ, ਪੱਧਰ ਕਰ ਰਹੇ ਨੇ ਇਹ, ਇੱਕ ਗਿਆ, ਇਹ ਦੋ ਗਏ, ਤਿੰਨ ਗਏ, ਇਹ ਚਾਰ ਗਏ। ਲੋ ਵੀ ਘੋੜੇ ਦੇਖੋ, ਇਹਨਾਂ ਦੀ ਹੋਣੀ ਆ ਰੇਸ, ਮਾਰਵਾੜੀ ਘੋੜੇ ਤਾਂ ਨਹੀਂ ਹੈਗੇ, ਦਲਪੀ ਚਲੋ ਦੇਖਣ। ਸਰਦਾਰ ਨੂੰ ਭੇਜਦੇ ਹਾਂ ਟੈਕ ਕਰਕੇ, ਇਹ ਨੇ ਘੋੜੇ, ਉਹ ਬੜੀ ਬੜੇ ਬੜੇ ਤਰੀਕੇ ਨਾਲ ਇਹਨੂੰ ਸਲਮਾਨ ਖਾਨ ਲੈਣ ਆਇਆ ਸੀ। ਸੋ ਘੋੜਿਆਂ ਦੀਆਂ ਰੇਸਾਂ ਸਟਾਰਟ ਹੋਣ ਵਾਲੀਆਂ ਨੇ, ਕਿੰਨੇ ਟਾਈਮ 'ਚ ਹੋਣਗੀਆਂ ਵੀਰੇ ਤੁਹਾਡੇ ਹਿਸਾਬ ਨਾਲ? 3 ਮਿੰਟ ਰਹਿ ਗਏ ਨੇ ਬਸ, 3 ਮਿੰਟ ਰਹਿ ਗਏ ਨੇ ਦੋਸਤੋ, ਲੈਟਸ ਸੀ ਕੀ ਹੁੰਦਾ। ਮਾਹੌਲ ਪੂਰਾ ਕਾਇਮ ਹੋਇਆ ਵਿਆ ਇੱਥੇ, ਗੋਰੇ ਪੂਰੇ ਉਕਸਾਹਿਤ ਹੋਏ ਹੋਏ ਨੇ, ਗੋਰਾ ਗੋਰੇ 'ਤੇ ਚੜ੍ਹਨ ਨੂੰ ਫਿਰਦਾ। ਉੱਥੋਂ ਸ਼ੁਰੂ ਹੋਣੀ ਆ, ਹੋ ਰਿਹਾ ਘੋੜੇ ਭੱਜੇ ਆ ਰਹੇ ਨੇ, ਮਾਰ ਹੱਲਾ, ਖਿੱਚ 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 ਖਿੱਚ
ਸੋ ਹੁਣ ਅਸੀਂ ਖਾਣ ਲੱਗੇ ਹਾਂ ਫਿਲੀ ਸਟੇਕ, ਵੀਰੇ ਦਾ ਵੀ ਤਿਆਰ ਹੈ। ਸੇ ਹੈਲੋ ਟੂ ਬਨੀ ਵੀਰਾ, ਕੱਲ੍ਹ ਦਾ ਬਲੌਗ ਆਪਣਾ ਵਿੱਚ ਹੀ ਰਹਿ ਗਿਆ ਸੀ, ਸੋ ਆਪਾਂ ਕੰਟੀਨਿਊ ਕਰ ਰਹੇ ਹਾਂ, ਡੇ ਬਾਈ ਡੇ ਇਕੱਠਾ ਅਪਲੋਡ ਕਰਾਂਗੇ ਆਪਾਂ ਐਜ਼ ਸੂਨ ਐਜ਼ ਪੋਸੀਬਲ। ਥੋੜ੍ਹੀ ਬਹੁਤੀ ਸ਼ੋਪਿੰਗ ਕੀਤੀ ਸੀ, ਸੋਚਿਆ ਪੇਟ ਪੂਜਾ ਕੀਤੀ ਜਾਵੇ ਉਦੋਂ ਬਾਅਦ, ਰਾਈਟ ਵੀਰੇ? ਬਿਲਕੁਲ ਜੀ ਬਿਲਕੁਲ, ਪੇਟ ਪੂਜਾ ਸਭ ਤੋਂ ਜ਼ਰੂਰੀ ਹੈ। ਇਹ ਆ ਆ ਮੇਰਾ ਕੋਕ ਕਿੱਧਰ ਰਹਿ ਗਿਆ, ਚਲੋ ਹੁਣ ਖਾ ਕੇ ਤੁਹਾਨੂੰ ਰਿਪੋਰਟ ਦੱਸਦੇ ਹਾਂ ਕੀ ਰਿਪੋਰਟ ਆ।